These forests utilize 100% vertical space. They are so dense that one can't even walk into them. For an example, we can make a 300 trees forest in area as small as parking spaces of 6 cars. Yes, ਇੰਨੇ ਸੰਘਣੇ ਤਰੀਕੇ ਨਾਲ ਲਗਾਏ ਹੋਏ ਪੇੜ ਪੌਦੇ ਵੱਧ ਸਕਦੇ ਨੇ ਅਤੇ ਬਹੁਤ ਜ਼ਿਆਦਾ ਵਧੀਆ ਵੱਧ ਸਕਦੇ ਨੇ ਨੋਰਮਲ ਤਰੀਕਿਆਂ ਨਾਲੋਂ। ਸੋ ਇਹ ਤਰੀਕਾ ਇੱਕ ਅਜਿਹਾ ਤਰੀਕਾ ਜਿਹਦੇ ਰਾਹੀਂ ਤੁਸੀਂ 5 ਬੰਦੇ ਹੋ ਅਤੇ 5 ਦਿਨਾਂ 3 ਦਿਨਾਂ 'ਚ ਇੱਦਾਂ ਦਾ ਇਹ 250 ਗਜ ਦੇ ਵਿੱਚ ਇਹ ਖੜ੍ਹਾ ਕਰ ਸਕਦੇ ਹੋ। ਸੋ 11, 12, 13 ਮਾਰਚ ਨੂੰ ਪਿੰਡ ਗਿਲਪੱਤੀ ਜ਼ਿਲ੍ਹਾ ਬਠਿੰਡਾ ਵਿਖੇ ਅਸੀਂ ਪਹਿਲੀ ਵਰਕਸ਼ਾਪ ਅਤੇ ਪਹਿਲਾ ਗੁਰੂ ਨਾਨਕ ਸੈਕਰਡ ਫੋਰੈਸਟ ਜਿਹੜਾ ਤਿਆਰ ਕਰਨ ਜਾ ਰਹੇ ਹਾਂ, ਜਿਹਦਾ ਕਿ ਪੰਜਾਬੀ ਦਾ ਨਾਂ ਹੋਊਗਾ ਗੁਰੂ ਨਾਨਕ ਪਵਿੱਤਰ ਜੰਗਲ। ਸੋ ਪੰਜਾਬ ਦਾ ਪਹਿਲਾ ਜੰਗਲ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਬਣਨ ਜਾ ਰਿਹਾ, ਉਹਦੀ ਵਰਕਸ਼ਾਪ ਲੱਗੇਗੀ 3 ਦਿਨਾਂ ਦੀ। ਜਿਹੜੇ ਵੀ ਵੀਰ ਭੈਣ ਇਹਨੂੰ ਸਿੱਖਣਾ ਚਾਹੁੰਦੇ ਨੇ ਉਹ 3 ਦਿਨ ਆਪਣੇ ਕੱਢ ਕੇ ਇਸ ਵਰਕਸ਼ਾਪ ਦੇ ਵਿੱਚ ਆਉਣ, ਆਪਣੇ ਹੱਥੀਂ ਜੰਗਲ ਲਗਾਉਣ ਅਤੇ ਫਿਰ ਆਪਣੇ ਆਪਣੇ ਪਿੰਡ ਜਾ ਕੇ ਹੋਰ ਜੰਗਲ ਲਗਾਉਣ ਅਤੇ ਹੋਰ ਜਿਹੜੇ ਨੇ ਇੱਦਾਂ ਦੇ ਫੋਰੈਸਟ ਕ੍ਰੀਏਟਰ ਜੰਗਲ ਬਣਾਉਣ ਵਾਲੇ ਬੰਦੇ ਤਿਆਰ ਕਰਨ। ਸੋ 11, 12, 13 ਮਾਰਚ ਨੂੰ ਤੁਹਾਡੀ ਉਡੀਕ ਕਰਾਂਗੇ ਪਿੰਡ ਗਿਲਪੱਤੀ ਵਿਖੇ ਬਠਿੰਡਾ। ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ। ਅਸੀਂ ਪੰਜਾਬ ਦੇ ਵਿੱਚ ਹੋਰ 9 ਥਾਵਾਂ 'ਤੇ ਇਹੋ ਜਿਹੀਆਂ ਵਰਕਸ਼ਾਪਸ ਕਰਨੀਆਂ। ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੇ ਜਾਂ ਪਾਲਮੀਆਵਾਕੀ ਫੋਰੈਸਟ ਦਾ ਜਿਹੜਾ ਮੈਥਡ ਹੈ ਇਹ ਪਸੰਦ ਹੈ, ਸਾਨੂੰ ਫੋਨ ਕਰੋ, ਸਾਨੂੰ ਈਮੇਲ ਰਾਹੀਂ ਕੰਟੈਕਟ ਕਰੋ। ਜੇ ਤੁਹਾਡੇ ਕੋਲ 250 ਗਜ ਜਗ੍ਹਾ, 300 ਗਜ ਜਗ੍ਹਾ, ਸਾਨੂੰ ਕੰਟੈਕਟ ਕਰੋ, ਅਸੀਂ ਹੈਲਪ ਕਰਾਂਗੇ ਅਤੇ ਉਹ ਤੁਹਾਡੇ ਇਲਾਕੇ ਦੇ ਵਿੱਚ ਜੰਗਲ ਬਣ ਸਕੇ। ਜਿਹੜਾ ਮੀਆਵਾਕੀ ਟੈਕਨੀਕ ਨਾਲ ਅਸੀਂ ਫੋਰੈਸਟ ਬਣਾਉਂਦੇ ਹਾਂ, 10 ਗੁਣਾ ਫਾਸਟ ਗਰੋਥ ਹੈ ਰੇਟ ਆ ਉਹਦੀ, 30 ਟਾਈਮ ਮੋਰ ਡੈਂਸ ਹੈ। ਇਹ ਗੱਲਾਂ ਪੇਪਰ 'ਤੇ ਬੜੀਆਂ ਯਕੀਨ ਨਹੀਂ ਹੁੰਦੀਆਂ, ਤੁਸੀਂ ਇੱਥੇ ਆਓ, ਯਕੀਨ ਕਰੋਗੇ, ਤੁਸੀਂ ਸਾਡੀ ਵਰਕਸ਼ਾਪ ਅਟੈਂਡ ਕਰੋ, ਤੁਹਾਨੂੰ ਆਪ ਹੱਥੀਂ ਕਰਕੇ ਯਕੀਨ ਹੋਏਗਾ। ਇਹ ਬਿਨਾਂ ਕੀਤੇ ਤੁਹਾਡੇ ਕੋਲ ਯਕੀਨ ਕਰਨਾ ਮੁਸ਼ਕਿਲ ਹੈ। ਇਹੋ ਜਿਹਾ ਸੋਹਣਾ ਟੈਕਨੀਕ ਜਿਹੜਾ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਨੇ ਆਪ ਹੀ ਸਾਨੂੰ ਬਖਸ਼ਿਆ, ਆਪਣੇ 550ਵੇਂ ਪ੍ਰਕਾਸ਼ ਪੁਰਬ ਨੂੰ ਉਹਨਾਂ ਨੇ ਸਾਡੇ ਹੱਥੋਂ ਇੱਦਾਂ ਹੀ ਸੇਵਾ ਲੈਣੀ ਹੈ। ਇਸ ਤੋਂ ਵੱਡੀ ਸੇਵਾ ਕੋਈ ਹੋਰ ਨਹੀਂ ਸਕਦੀ ਕੁਦਰਤ ਦੀ ਅਤੇ ਸਾਡੇ ਗੁਰੂ ਸਾਹਿਬ ਦੀ। ਸਾਡਾ ਸਿੱਖਾਂ ਵਜੋਂ ਗੁਰੂ ਸਾਹਿਬ ਨੂੰ ਸਮਰਪਿਤ ਇਹੀ ਸਭ ਤੋਂ ਵੱਡਾ ਫਰਜ਼ ਹੋਵੇਗਾ। ਇੱਦਾਂ ਗੁਰਪੁਰਬ ਮਨਾ ਕੇ ਆਪਣਾ ਅਤੇ ਦੂਜਿਆਂ ਦਾ ਜ਼ਰੂਰ ਭਲਾ ਕਰੋ। ਮੈਂ ਇੱਕ ਗੱਲ ਕਰਨਾ ਚਾਹਾਂਗਾ ਕਿ ਹਰ ਇੱਕੋ ਸਿੱਖ ਇੱਕ ਗੁਰੂ ਨਾਨਕ ਸੈਕਰਡ ਫੋਰੈਸਟ ਲਗਾ ਸਕਦਾ ਹੈ, ਉਹਦੇ ਵਾਸਤੇ ਅਸੀਂ ਸਾਰੇ ਹਾਜ਼ਰ ਹਾਂ। ਸਾਡੀਆਂ ਸੇਵਾ ਤੁਹਾਡੇ ਵਾਸਤੇ ਗਾਈਡ ਕਰਨ ਵਾਸਤੇ ਤੁਹਾਨੂੰ ਅਸੀਂ ਹਰ ਜਗ੍ਹਾ ਪਹੁੰਚ ਸਕਦੇ ਹਾਂ। ਇੱਕ ਇੱਕ ਫੋਰੈਸਟ ਦਾ ਸੋਚ ਕੇ ਅਤੇ 550 ਸਾਲ ਅਸੀਂ ਮਨਾਉਣਾ। ਬਲਿਹਾਰੀ ਕੁਦਰਤ ਵਸਿਆ ਦਾ ਜਿਹੜਾ ਸੰਦੇਸ਼ ਗੁਰੂ ਮਹਾਰਾਜ ਨੇ ਦੱਸਿਆ ਉਹਦੇ ਵਿੱਚ ਕੁਦਰਤ ਵਿੱਚ ਮਹਾਰਾਜ ਨੇ ਪੰਛੀਆਂ ਨੂੰ ਵੀ ਦੇਖਿਆ, ਕੀੜੇ ਮਕੌੜਿਆਂ ਨੂੰ ਵੀ ਦੇਖਿਆ, ਸੱਪ ਨੂੰ ਵੀ ਦੇਖਿਆ, ਮੋਰ ਨੂੰ ਵੀ ਦੇਖਿਆ, ਹਿਰਨਾਂ ਨੂੰ ਵੀ ਦੇਖਿਆ। ਉਹਨੂੰ ਚਾਹੀਦਾ ਹੈਬੀਟੈਟ ਪ੍ਰੋਟੈਕਸ਼ਨ ਚਾਹੀਦੀ ਹੈ। ਮੀਆਂਵਾਕੀ ਫੋਰੈਸਟ ਜਿਹੜੀ ਤੁਸੀਂ ਇਸ ਵੀਡੀਓ ਰਾਹੀਂ ਵੀ ਦੇਖ ਸਕਦੇ ਹੋ ਜਿੱਥੇ ਅਸੀਂ ਖੜ੍ਹੇ ਹਾਂ, ਇਹ ਇੰਨਾ ਕੁ ਡੈਂਸ ਹੈ ਕਿ ਇੱਥੇ ਪ੍ਰੋਟੈਕਸ਼ਨ ਤੁਹਾਨੂੰ ਪਤਾ, ਜੇ ਸੱਪ ਬੈਠਾ ਉਹਨੂੰ ਕਿਸੇ ਨੇ ਨਹੀਂ ਮਾਰਨਾ। ਕੀੜੇ ਮਕੌੜੇ ਜਿਹੜੇ ਜ਼ਮੀਨ ਦੇ ਵਿੱਚ ਪਨਪ ਰਹੇ ਨੇ ਉਹੀ ਧਰਤੀ ਦੇ ਰਾਹੀਂ ਜਿਹੜਾ ਇਹ ਪ੍ਰੋਟੈਕਸ਼ਨ ਦੇ ਰਹੇ ਨੇ, ਇਹੀ ਸਰਵਾਈਵਲ ਦੇ ਵਿੱਚ ਵਧਾ ਰਹੇ ਨੇ, ਬੂਟਿਆਂ ਨੂੰ ਇਹ ਸਪੋਰਟ ਕਰ ਰਹੇ ਨੇ, ਬੂਟੇ ਉਹਨਾਂ ਨੂੰ ਅਤੇ ਉਹ ਬੂਟਿਆਂ ਨੂੰ ਸਪੋਰਟ ਕਰਕੇ ਕੋਐਗਜ਼ਿਸਟੈਂਸ ਦਾ ਜਿਹੜਾ ਮੈਥਡ ਹੈ ਉਹਦੀ ਲਾਈਵ ਐਗਜ਼ਾਮਪਲ ਦੇ ਰਹੇ ਨੇ। ਇਹ ਪੰਜਾਬ ਦੇ ਵਿੱਚ ਆਉਣਾ ਜ਼ਰੂਰੀ ਹੈ ਅਤੇ ਦੁਨੀਆ ਦੇ ਹਰ ਨੁੱਕਰ ਦੇ ਵਿੱਚ ਜਾਣਾ ਜ਼ਰੂਰੀ ਹੈ। ਆਓ ਮਿਲ ਕੇ ਇਹਨੂੰ ਬਣਾਈਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।